ਕਰਨਾਲ ਤੋਂ ਮੈਨੂੰ ਫੋਨ ਆਈ, ਚਲੋ ਮੈਂ ਇਸੇ ਤੁਹਾਡਾ ਟਾਈਮ ਨਾ ਜ਼ਾਇਆ ਕਰਾਂ। ਉਸ ਸੱਜਣ ਨੂੰ ਮੈਂ ਅਲਵਰ ਸਮਾਗਮ 'ਤੇ ਦੇਖਿਆ ਸੀ, ਨੇਤਰ ਉਸਦੇ ਦੋਵੇਂ ਚਲੇ ਗਏ, ਇੱਕ ਸਾਲ ਲਈ ਬਿਲਕੁਲ ਅੰਧਾ ਹੋ ਗਿਆ, ਲਾਠੀ ਦੇ ਸਾਰੇ 'ਤੇ ਚੱਲਦਾ ਸੀ। ਇਲਾਜ ਇੱਕ ਸਾਲ ਦੇ 'ਚ ਉਸਨੇ ਬੜਾ ਕਰਾਇਆ, ਭਾਰਤ ਦੇ 'ਚ ਕੋਈ ਵੱਡਾ ਆਈ ਹੋਸਪਿਟਲ ਉਸਨੇ ਛੱਡਿਆ ਨਹੀਂ, ਸੰਪੰਨ ਘਰਾਣੇ ਦਾ ਹੈ, ਖੂਬ ਪੈਸਾ ਖਰਚ ਕੀਤਾ, ਨਹੀਂ ਅੱਖਾਂ ਨਹੀਂ ਆਈਆਂ। ਉਹਦੇ ਆਪਣੇ ਕਹੇ ਮੁਤਾਬਕ ਜ਼ਾਰੋ ਜ਼ਾਰ ਰੋ ਪੈਂਦਾ, ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ 'ਤੇ ਆਇਆ, ਬਾਣੀਆਂ ਮੈਨੂੰ ਕੰਠ ਸਨ, ਇਸ਼ਨਾਨ ਕਰਕੇ ਮੈਂ ਪਰਿਕਰਮਾ 'ਚ ਬੈਠ ਜਾਂਦਾ ਸੀ, ਉੱਚੀ ਉੱਚੀ ਸੁਰ ਨਾਲ ਬਾਣੀ ਪੜ੍ਹਦਾ ਸੀ, ਔਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ, ਸਵੇਰੇ ਤੱਕ ਪੜ੍ਹਦਾ ਹੀ ਰਹਿੰਦਾ ਸੀ, ਪੜ੍ਹਦਾ ਹੀ ਰਹਿੰਦਾ ਸੀ। ਕਹਿੰਦਾ 8 ਦਿਨਾਂ ਬਾਅਦ ਮੈਂ ਦੇਖ ਕੇ ਤੰਗ ਰਹਿ ਗਿਆ, ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗ ਪਏ। ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ। ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ, ਅਸੀਂ ਕਾਰ 'ਤੇ ਚੱਲ ਰਹੇ ਹਾਂ ਰਾਤ ਨੂੰ ਹੀ, ਮੈਂ ਕਿਹਾ ਮੈਂ ਸਵੇਰੇ ਉਡੀਕ ਕਰਾਂਗਾ, ਸਿੱਧੇ ਆਪਣੇ ਕੋਲ ਹੀ ਆ ਜਾਣਾ, ਪਰ ਪਹੁੰਚੇ ਨਹੀਂ ਸਨ, ਸ਼ਾਇਦ ਸੰਗਤ 'ਚ ਬੈਠੇ ਹੁਣ ਆ ਗਏ ਤਾਂ ਕਹਿ ਨਹੀਂ ਸਕਦਾ, ਉੱਥੇ ਟਿਕਾਣੇ 'ਤੇ ਨਹੀਂ ਪਹੁੰਚੇ। ਇਸ ਤਰ੍ਹਾਂ ਦੇ ਕਰਿਸ਼ਮੇ ਕਦੀ ਕਦੀ ਨੇਚਰ ਦੇ 'ਚ, ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ, ਕਰਤੇ ਪੁਰਖ ਦੀਆਂ ਵੱਡੀਆਂ ਆਈਆਂ, ਕਹਿਣਾ ਪੈਂਦਾ ਕੀ ਉਹਦੇ ਘਰ ਦੇ 'ਚ ਕੀ ਨਹੀਂ ਹੈ। ਘਰ ਤਾਂ ਤੇਰੇ ਸਭ ਕੁਛ ਹੈ, ਪਰ ਇੱਕ ਸ਼ਰਤ ਹੈ, ਜਿਸ ਦੇ ਜਿਹਨੂੰ ਦੇ, ਜਿਸ ਦੇ ਸੋ ਪਾਵੇ, ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਉਹਨੇ ਆਪਣੇ ਹੱਥ 'ਚ ਰੱਖੀ, ਮੈਂ ਹੀ ਵੰਡਾਂਗਾ, ਦੂਜਾ ਨਹੀਂ, ਮੈਂ ਆਪਣੇ ਹੱਥਾਂ ਨਾਲ ਦਿਆਂਗਾ। ਅਤੇ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਤਾਂ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਭਿਆ, ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ, ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ। ਜਾਂ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜ੍ਹੋ, ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ। ਬੜੇ ਧਿਆਨ ਨਾਲ ਸੁਣਨਾ, ਮਤਾਂ ਕਿਧਰੇ ਤੁਸੀਂ ਸਮਝੋ, ਕਿਸੇ ਹੋਰ ਦੇ ਹੱਥ ਦੇ 'ਚ ਵੀ ਕੁਛ ਹੈ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ, ਉਹੀ ਕਰਦਾ ਉਹੀ ਕਾਰਨ ਹੈ, ਸਭ ਕਰੇ ਕਰਾਇਆ, ਜਰਾ ਮਰਾ ਸਿਰਤ ਸਾਪ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਜਨਮ ਮਰਨ ਕੋਈ ਸਰਾਪ, ਕੋਈ ਦੁੱਖ, ਕੋਈ ਤਕਲੀਫ, ਕੋਈ ਵਿਪਤਾ, ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ। ਉਹਨੇ ਇੱਕ ਵਿਧਾਨ ਬਣਾਇਆ ਹੈ, ਉਸ ਵਿਧਾਨ ਦੇ ਮੁਤਾਬਕ ਇਹ ਸਭ ਕੁਝ ਉਸੇ ਤੋਂ ਆਉਂਦਾ ਹੈ। ਫਲਾਣੇ ਨੇ ਮੇਰੇ 'ਤੇ ਜਾਦੂ ਡੋਣਾ ਕਰ ਦਿੱਤਾ ਜੀ, ਫਲਾਣੇ 'ਤੇ ਮੇਰੇ, ਤਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਤੂੰ ਜਾਦੂ ਟੋਣੇ ਦਾ ਪੁਜਾਰੀ ਹੈ, ਗੁਰੂ ਦਾ ਪੁਜਾਰੀ ਨਹੀਂ ਹੈ। ਅਤੇ ਜੇ ਜਾਦੂ ਟੋਣੇ ਨੇ ਤੇਰੇ 'ਤੇ ਕੁਛ ਕਰ ਦਿੱਤਾ ਤਾਂ ਉਹਨਾਂ ਕੋਲ ਜਾ, ਫਿਰ ਉੱਥੇ ਹੀ ਫਰਿਆਦ ਕਰ, ਫਿਰ ਇੱਥੇ ਆਉਣ ਦਾ ਕੀ ਮਤਲਬ ਹੈ। ਕੋਈ ਜਾਦੂ ਟੋਣਾ ਨਹੀਂ,
ਤੇਰੇ ਤੇ ਕੋਈ ਜਾਦੂ ਟੋਣਾ ਨਹੀਂ। ਸਰਾਪ ਵੀ ਉਦੋਂ ਲੱਗਦਾ ਹੈ, ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨੁਸਾਰ ਐਸਾ ਮਾਹੌਲ ਬਣ ਜਾਂਦਾ ਹੈ, ਪ੍ਰਭੂ ਮਾਹੌਲ ਬਣਾ ਦਿੰਦਾ ਹੈ। ਮਿਲਦੇ ਨੇ ਦੁੱਖ, ਮਿਲਦੇ ਨੇ ਦੁੱਖ, ਉਹਦਾ ਬਣਾਇਆ ਵਿਧਾਨ ਹੈ। ਅੱਜ ਇਹ ਫੈਸਲਾ ਕਰ ਲੈਣਾ, ਮੇਰੇ ਕੋਲ ਦੁੱਖ ਹੈ, ਮੇਰੇ ਕਰਮਾਂ ਤੋਂ ਬਿਨਾਂ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ, ਔਰ ਕੋਈ ਮੇਰੇ 'ਤੇ ਜਾਦੂ ਟੋਣਾ ਨਹੀਂ ਕਰ ਸਕਦਾ। ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦਿਆਂ, ਜ਼ਿੰਦਗੀ ਭਰ ਚੇਤੇ ਰੱਖਣੀਆਂ। ਭਾਈ ਰੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਇਹ ਵਾਕ ਨੇ। ਭਾਈ ਰੇ, ਮਤ ਕੋਈ ਜਾਣੋ ਅਵਰ ਕਿਸੀ ਕੇ ਕਿਚ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਉਹ ਮੇਰਾ ਬਾਬਲ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਸਰਵ ਸ਼ਕਤੀਮਾਨ ਹੈ, ਉਹ ਕਰਤਾ ਵੀ ਹੈ, ਉਹ ਕਾਰਨ ਵੀ ਹੈ, ਉਹ ਆਪਣੀ ਕ੍ਰਿਤ ਵਿੱਚ ਰਮਿਆ ਹੋਇਆ, ਪੂਰਿਆ ਹੋਇਆ, ਇਸ ਵਾਸਤੇ ਸਮਰੱਥ ਹੈ, ਉਹ ਮੇਰਾ ਬਾਬਲ ਮਹਾਨ ਹੈ। ਹਾਂਜੀ, ਜਿਸ ਸਿਮਰਤ ਦੁੱਖ ਕੋਈ ਨਾ ਲਾਗਾ, ਭਾਉ ਜਲ ਪਾਰ ਉਤਾਰਾ। ਜਿਹਦਾ ਸਿਮਰਨ ਕਰਦੇ ਆਇਆ ਫਿਰ ਕੋਈ ਦੁੱਖ ਨਹੀਂ ਵਿਆਪਦਾ, ਔਰ ਮਨੁੱਖ ਇਸ ਭੈ ਦੇ ਜਲ ਤੋਂ, ਇਸ ਸੰਸਾਰ ਤੋਂ ਪਾਰ ਹੋ ਜਾਂਦਾ ਹੈ, ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ। ਹਾਂਜੀ, ਆਦ ਜੁਗਾਦ ਭਗਤਨ ਕਾ ਰੱਖ ਉਸਤਤ ਕਰ ਕਰ ਜੀਵਾ। ਅੱਜ ਦੀ ਗੱਲ ਨਹੀਂ, ਮਨੁੱਖਤਾ ਦੇ ਆਦ ਕਾਲ ਤੋਂ ਉਹ ਭਗਤਾਂ ਦਾ ਸਦਾ ਰਖਵਾਲਾ ਬਣਿਆ, ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ। ਇਸ ਵਾਸਤੇ ਮੈਂ ਤੇ ਉਹਦੀ ਉਸਤਤ ਕਰ ਕਰਕੇ ਹੀ ਆਨੰਦ ਮਾਣਦਾ, ਉਹਦੀ ਉਸਤਤ ਕਰ ਕਰਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ। ਹਾਂਜੀ, ਨਾਨਕ ਨਾਮ ਮਹਾਰਸ ਮੀਠਾ ਆਣ ਦਿਨ ਮਨ ਤਨ ਪੀਵਾ। ਪ੍ਰਭੂ ਦਾ ਨਾਮ, ਉਸਦਾ ਨਾਮ ਮਹਾਰਸ ਹੈ, ਮਹਾਰਸ ਹੈ, ਮਿੱਠੇ ਨਾਲ ਤਸ਼ਬੀਹ ਦਿੱਤੀ ਹੈ, ਮਹਾਰਸ ਹੈ। ਮੈਂ ਆਪਣੇ ਇੰਦਰੀਆਂ ਦੇ ਕਟੋਰਿਆਂ ਨਾਲ ਤਨ ਕਰਕੇ, ਮਨ ਕਰਕੇ ਪੀ ਰਿਹਾ, ਵੇਖ ਰਿਹਾ, ਵੇਖਣਾ ਵੀ ਪੀਣਾ ਹੈ, ਸੁਣ ਰਿਹਾ, ਸੁਣਨਾ ਵੀ ਪੀਣਾ ਹੈ, ਜਪ ਰਿਹਾ, ਜਪਣਾ ਵੀ ਪੀਣਾ ਹੈ। ਮੈਂ ਵੱਖ ਵੱਖ ਕਟੋਰਿਆਂ ਦੇ ਰਾਹੀਂ, ਮੈਂ ਵੱਖ ਵੱਖ ਪਿਆਲਿਆਂ ਦੇ ਰਾਹੀਂ ਉਸ ਨੂੰ ਪੀ ਰਿਹਾ, ਆਨੰਦ ਮਾਣ ਰਿਹਾ। ਹਰ ਆਪੇ ਲੈ ਮਿਲਾਏ ਕਿਉਂ ਵੇ ਛੋੜਾ ਥੀਵਈ ਬਲਰਾਮ ਜੀਓ। ਜਿਹੜੇ ਕਈ ਦਫ਼ਾ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ, ਮਿਲਿਆ ਸੀ ਪ੍ਰਭੂ, ਪਰ ਹੁਣ ਖੇਡ ਵਿਗੜ ਗਈ ਹੈ। ਨਹੀਂ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ, ਫਿਰ ਵਿਛੋੜਾ ਕਿਉਂ ਹੋਵੇਗਾ ਹੀ ਨਹੀਂ, ਵਿਛੋੜਾ ਕਿਉਂ ਕਰ ਹੋਵੇਗਾ, ਉਹ ਕਦੀ ਵਿਛੜਦਾ ਹੀ ਨਹੀਂ, ਸਦੀਵੀ ਮਿਲਾਪ ਰਹਿੰਦਾ। ਹਾਂਜੀ, ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵਾਈ ਬਲਰਾਮ ਜੀਓ। ਜਿਸ ਨੂੰ ਤੇਰੇ ਤੇ ਭਰੋਸਾ, ਜਿਸਨੇ ਤੇਰਾ ਆਸਰਾ ਪਕੜਿਆ, ਜਿਸਨੇ ਤੇਰੀ ਟੇਕ ਪਕੜ ਲਈ ਹੈ, ਉਹਨੂੰ ਸਦੀਵੀ ਜੀਵਨ, ਅਧਿਆਤਮਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹਦੇ 'ਚ ਜੰਮਣਾ ਨਹੀਂ, ਜਿਹਦੇ 'ਚ ਬੁਢੇਪਾ ਨਹੀਂ, ਤੇ ਜਿਹਦੇ 'ਚ ਮਰਨਾ ਨਹੀਂ। ਭਗਤ ਜੈਦੇਵ ਜੀ ਕੋਲ ਪੁੱਛਿਆ ਗਿਆ ਸੀ, ਨਾਮ ਜਪ ਕੇ ਜੋ ਕੁਛ ਤੁਹਾਨੂੰ ਪ੍ਰਾਪਤ ਹੋਇਆ ਉਸ ਨਾਲ ਕੀ ਹੋਇਆ, ਉੱਥੇ ਕੀ ਹੈ? ਨਦਨੋਦ ਜਸ ਸਮਣੇ ਜਨਮ ਜਰਾਦ ਮਰਨ ਭਯਮ। ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ, ਜਰਾਦ ਬੁਢੇਪੇ ਦਾ ਦੁੱਖ ਤੇ ਮਰਨ ਦਾ ਦੁੱਖ, ਨਹੀਂ ਆਉਂਦਾ। ਮਨੁੱਖ ਇਹਨਾਂ ਤੋਂ ਬਚ ਜਾਂਦਾ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ। ਹਾਂਜੀ, ਤੇਰੀ ਟੇਕ ਤੁਜਾ ਕੇ ਪਾਈ ਸਾਚੇ ਸਿਰਜਣਹਾਰ। ਹੇ ਸਿਰਜਣਹਾਰ, ਹੇ ਸੱਚੇ, ਤੇਰਾ ਭਰੋਸਾ ਮੈਂ ਤੇਰੇ ਤੋਂ ਹੀ ਪ੍ਰਾਪਤ ਕੀਤਾ, ਤੇਰੀ ਟੇਕ ਕੋਈ ਹੋਰ ਦੇ ਵੀ ਨਹੀਂ ਸਕਦਾ, ਆਪਣਾ ਦਾਮਨ ਤੂੰ ਆਪ ਹੀ ਪਕੜਾਉਂਦਾ, ਆਪਣੀ ਬਾਂਹ ਤੂੰ ਆਪ ਹੀ ਦੇਂਦਾ। ਹਾਂਜੀ,